लो गाइस अपनी नंबर प्लेट लक्षण कराएंगे। हाँ अपनी नंबर प्लेट हैगी पीवी 10 ते अपन लगा के ले गए सी पीवी 19 हुण ए शिफ्ट हो रही है ए तो पटीने ते पीवी 19 वाले ते लाला गाइस रॉन्ग साइड हो गया काम समझ लो खावा फोन नहीं देना वैसे अपन रॉन्ग साइड ये तो दे नंबर प्लेट नाल ही दबा के ले गए सी ਲੈਣ ਵਾਲੀ ਹੈ ਹੁਣ ਇਹਨੂੰ ਇੱਧਰ ਲਾ ਦਾ ਜਾਂ ਇੱਥੇ ਕੁਛ ਹੋਰ ਹੁਣ ਲਵਾ ਕੇ ਲੈ ਕੇ ਆਵਾਂਗੇ ਕੱਲ੍ਹ ਨੰਬਰ ਪਲੇਟ ਪਾ ਕੇ ਲੈ ਕੇ ਆਉਣੀ ਆਪਾਂ ਨੰਬਰ ਦੀ ਥੋੜ੍ਹਾ ਇੱਧਰ ਨੂੰ ਲਾ ਦੇ ਇੱਥੇ ਮੂੰਹ ਇੱਧਰ ਕਰੀ ਇਹਦਾ ਕਿੱਧਰ ਰੁਕ ਰੁਕ ਉਹ ਹੀ ਖੜਾ ਰਹਿਣਾ ਦੇ ਨੂੰ ਇਹਨੂੰ ਇੱਧਰ ਲਾਈ ਆ ਚੀਜ਼ ਤੇ ਨਾ ਲਾ ਲਈ ਬੁਰਾ ਲੱਗੂ ਫਿਰ ਇੰਨੇ ਤੋਂ ਉੱਤੇ ਲਾਈ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਹੋਰ ਕਰ ਥੋੜ੍ਹਾ ਹੋਰ ਕਰ ਹਾਂ ਇੱਥੇ ਲਾ ਲਾ ਇੱਧਰ ਫਿਰ ਪੱਟੀ ਥੱਲੇ ਆ ਜੀ ਬੁਰਾ ਲੱਗੂ ਇੱਧਰ ਨੂੰ ਕਰ ਟੇਢਾ ਵਾ ਇਧਰ ਨੂੰ ਐਂ ਕਰ ਲੈ ਥੋੜਾ ਸੱਜੇ ਪਾ ਹਾਂ ਇੱਥੇ ਐਂ ਇਹ ਲੁਕਣਾ ਇਹਦਾ ਸੇ ਚੀਜ਼ ਦੇ ਹਿਸਾਬ ਨਾਲ ਲੱਗੂ ਚੀਜ਼ ਐਂ ਟੇਢੀ ਆਈ ਇਧਰ ਨੂੰ ਤਾਂ ਕਰ ਲੈ ਫਿਰ ਰੁਕ ਯਾਰ ਐਂ ਐਂ ਥੋੜਾ ਥੱਲੇ ਨੂੰ ਸੋਹਣਾ ਲੱਗ ਰਿਹਾ ਲੋ ਗਾਇਸ ਫਾਈਨਲ ਅੱਜ ਆਪਾਂ ਠੇਕਾ ਲੈ ਲਿਆ ਚੀਜ਼ ਲਾ ਲਓ ਤੇ ਲਾ ਲਓ ਲਾ ਲਓ ਤੇ ਲਾ ਲਓ ਲਾ ਲਓ ਤੇ ਲਾ ਲਓ ਦੋਨੀਂ ਮੈਂ ਦੱਬੀ ਨੀ ਫੋਰ ਗਿਵ ਅ ਮੈਡੀਸਨ ਟੂ ਓਨ ਮੋਮ ਓਨ ਮਦਰ ਇੱਕ ਤਾਂ ਸਾਡੀ ਦੇਸੀ ਇੰਗਲਿਸ਼ ਆ ਜਿਹੜੀ ਉਹ ਬਾਹਲੀ ਵਧੀਆ ਹੈਗੀ ਹਨਾ ਨੂੰ ਕੰਪੈਰੀਜ਼ਨ ਨਹੀਂ ਕਿਸੇ ਨਾਲ ਕੰਪੈਰੀਜ਼ਨ ਆਪਣੇ ਬਰਾਬਰ ਕੋ ਕਰ ਵੀ ਨਹੀਂ ਸਕਦਾ ਕਰ ਵੀ ਨਹੀਂ ਸਕਦਾ ਹੈ ਬਾਤ ਹੈਗੀ ਆ ਲੋ ਗਾਇਸ ਇੱਥੇ ਨਕਸ਼ਾ ਲੱਗ ਗਿਆ ਪਰੇ ਹੋ ਪਰੇ ਇੱਥੇ ਮੂਹਰੋਂ ਦੇਖਣ ਦੇ ਕਿੱਥੇ ਕਹੇ ਨੇ ਵਟ ਬਬਲ ਬਬਲ ਆ ਦੇਖ ਰੂ ਬਬਲ ਆ ਸੀ ਇੱਕ 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 ਆ ਸੀ ਪੰਜ ਨੇ ਇਹ ਵੀ ਕਰਾਂਗੇ ਕੁਝ ਥੋੜਾ ਨੀਮਾ ਵੱਧ ਲਵਾਤਾ ਯਾਰ ਲੋ ਗਾਇਸ ਥੋੜਾ ਸਕੈਮ ਹੋ ਗਿਆ ਆ ਜੀ ਤੋਂ ਨਕਸ਼ਾ ਪਾਟ ਗਿਆ ਖਿੱਚਦੇ ਖਿੱਚਦੇ ਨਹੀਂ ਬਸ ਇੱਥੋਂ ਦੂਰੋਂ ਪਤਾ ਲੱਗਦਾ ਨਹੀਂ ਇੰਨਾ ਅਤੇ ਜ਼ਰੂਰ ਦੱਸਿਓ ਵੀ ਵਧੀਆ ਲੱਗਦੀ ਹੈ ਅਤੇ ਵੀ ਜੇ ਵਿਚਾਲੇ ਤਾਂ ਚਲ ਸੋਹਣੀ ਲੱਗਣੀ ਵੀ ਹੋਰ ਕਿੱਥੇ ਪਾਸੇ ਲਾਈਏ ਕੱਲ੍ਹ ਲਾਈਏ ਹੀ ਨਾ ਨਹੀਂ ਹਰਮਨ ਬਾਕੀ ਦੇਖਦੇ ਹਾਂ ਕਿ ਜਿਸ ਪਾਸੇ ਲਾਉਣੀ ਹੋਈ ਹੁਣ ਆਹ ਵੀ ਲਾਉਣੇ ਆ ਉੱਤੇ ਲੋਕ ਇੱਥੋਂ ਆਪਾਂ ਇੱਥੇ ਲਾ ਦਿੱਤਾ ਅਤੇ ਹੁਣ ਇਹ ਲਾਸਟ ਵਾਰੀ ਹੈਗਾ ਕੁਛ ਵੀ ਲਵਾ ਦੀ ਹੁਣ ਇਹ ਲਾਉਣਾ ਨਹੀਂ ਇੱਥੋਂ ਠੀਕ ਆ ਮੈਂ ਤਾਂ ਵੀਰੇ ਕੁਛ ਨਹੀਂ ਕਰਾਉਣਾ ਤਾਂ ਹੀ ਕਰਾਉਣਾ ਜੋ ਕੁਛ ਇਹ ਹੁਣ ਸੰਨਿਆਸੀ ਹੋ ਗਿਆ ਇਹ ਤਾਂ ਆਪਾਂ ਇਹਦੇ ਪਿੱਛੇ ਲਾਈਆਂ ਸੀ ਲਾਈਟਾਂ ਪਰ ਉਹਨੂੰ ਕਾਮਯਾਬ ਨਹੀਂ ਹੋਈਆਂ ਅੱਜ ਕਾਮਯਾਬ ਕਿਉਂ ਨਹੀਂ ਹੋਈਆਂ ਹੋਰ ਇਹਦੇ ਵਿੱਚ ਆਪਾਂ ਨੀਲੀ ਲਾਈਟ ਲਾ ਦਿੱਤੀ ਲਾਈਟ ਤਾਂ ਕਿਸੇ ਨੇ ਦੇਖੀ ਹੋਈ ਨਹੀਂ ਇਹ ਆ ਦੇ ਆ ਆ ਪੱਟੀ ਹੈ ਜਿਹੜੀ ਨੀਲੀ ਲਾਈਟ ਲਾ ਦਿੱਤੀ ਆਪਾਂ ਇਹ ਬੁਰੀ ਵਾਲੀ ਲੱਗਦੀ ਆ ਹੁਣ ਆਪਾਂ ਹੁਣੇ ਬ੍ਰੇਕਾਂ ਨਾਲ ਅਟੈਚ ਕੀਤੀ ਦੇਖੋ ਲੈ ਦੱਸਿਓ ਜੇ ਵਧੀਆ ਲੱਗੀ ਹੋਰ ਆਪਾਂ ਰੱਖਣਾ ਹੀ ਨਹੀਂ ਹੋਇਆ ਹੁਣ ਜਾ ਕੇ ਲਾਉਣਾ ਹੀ ਹੈ ਲੋ ਗਾਇਸ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੇਖ ਸਕਦੇ ਹੋ ਤੁਸੀਂ ਫਰਵਰੀ 'ਚ ਕੀ ਹਾਲ ਹੋਇਆ ਹੋਇਆ ਹੁਣ ਆਪਾਂ ਚੱਲੇ ਹਾਂ ਤੜਕੀ ਤੜਕੇ ਦੇਖ ਲਓ ਇੰਨੀ ਧੁੰਦ 'ਚ ਇਹਦਾ ਕੰਮ ਕਰਾਉਣਾ
ਬਹੁਤ ਬੁਰਾ ਹਾਲ ਆ ਤਾਂ ਗਈ ਹੁਣ ਆਪਾਂ ਦੁਕਾਨ ਤੇ ਪਹੁੰਚ ਗਏ ਇੱਥੇ ਕੋਈ ਹੈ ਨਹੀਂ ਹਜੇ ਪਤਾ ਕਰਨ ਗਿਆ ਉਹ ਮੁੰਡਾ ਤੇ ਇਹਦਾ ਐਂ ਕੰਮ ਹੋਇਆ ਹੈਗਾ ਵੀ ਜੇ ਆਪਾਂ ਲਾ ਲਈ ਚਾਬੀ ਇੱਧਰ ਲਾਇਆ ਦੇਖੋ ਇੱਧਰ ਨੂੰ ਕੀਤਾ ਇੰਡੀਕੇਟਰ ਤਾਂ ਉੱਧਰਲਾ ਚੱਲਦਾ ਠੀਕ ਆ ਸੱਜੇ ਪਾਸੇ ਵਾਲਾ ਹਾਂਜੀ ਆਹ ਸੱਜੇ ਪਾਸੇ ਵਾਲਾ ਚੱਲਦਾ ਜੇ ਖੱਬੇ ਪਾਸੇ ਨੂੰ ਇੰਡੀਕੇਟਰ ਕਰਤਾ ਫਿਰ ਸੱਜੇ ਵਾਲਾ ਚੱਲਦਾ ਵਾ ਜੇ ਕਰ ਸੱਜੇ ਨੂੰ ਤਾਂ ਇੱਧਰਲਾ ਖੱਬਾ ਚੱਲਦਾ ਪਿੱਛੇ ਵਾਲਾ ਆਹ ਤੇ ਉਹ ਇਕੱਠੇ ਚੱਲਦੇ ਆ ਉਹਤੇ ਆਹ ਇਕੱਠਾ ਚੱਲਦਾ ਮੈਂ ਲੋਡ ਕਰਾਉਣੇ ਆ ਤੇ ਆਪਾਂ ਮਿਲ ਜਾਂਦੇ ਕੰਮ ਸਟਾਰਟ ਹੋ ਗਿਆ ਇਹਦਾ ਇੰਡੀਕੇਟਰ ਤੇ ਬੈਰਿੰਗ ਇੰਡੀਕੇਟਰ ਨਵੇਂ ਪੈਣੇ ਆ ਤੇਰੇ ਕੰਮ ਲੋਡ ਨਹੀਂ ਆਇਆ ਮਿਸਤਰੀ ਫੇਲ ਹੋ ਗਈ ਘਰੇ ਇਹ ਵੀ ਜੀ ਕਾਰਡ ਲੈ ਕੇ ਮਾੜੇ ਮੋਟੇ ਜਲਦੀ ਕੀਤੇ ਵੀ ਆ ਜੀ ਹਰ ਮਨਾ ਲੈ ਜਾ ਲੈ ਇੰਨਾ ਮਾੜਾ ਵੀ ਨਹੀਂ ਹੈਗਾ ਤੇ ਮਿਲਦੇ ਆ ਫਿਰ ਆਪਾਂ ਉਹਦਾ ਗੱਲ ਹੈ ਸਟੇਰੀ ਖੁੱਲ ਕੇ ਆਏ ਮਨ ਲਵਾ ਦੇ ਹੱਥ ਕਰੀ ਨਾ ਖੋਲ ਲੈਂਦੇ ਜਾ ਚੱਕਾ ਲਾਦਾ ਸਾਰਾ ਮੂਹਰਲੇ ਟਾਇਰ ਦਾ ਵੀ ਕਰਨਾ ਵੀ ਸਿਰ ਟਾਇਰ ਟਾਇਰ ਪਵਾਉਣਾ ਪਊ ਹੁਣ ਪੈ ਰਿਹਾ ਨਵਾਂ ਬੈਰਿੰਗ ਤਾਰ ਵੀ ਨਵੀਂ ਪਵਾਲੀ ਬ੍ਰੇਕਾਂ ਦੀ ਬਾਜ਼ ਵਾਲੀ ਕਰਤੀ ਪਿੱਛੇ ਵਾਲੇ ਵੀ ਬਾਜ਼ ਕਰਨ ਹਟ ਗਏ ਫਸਣ ਲੱਗ ਗਿਆ ਸੀ ਬ੍ਰੇਕ ਇੱਥੋਂ ਐ ਕੀਤੇ ਦੇ ਬਸ ਇੱਥੇ ਕਰ ਗਿਆ ਹਾਂ ਹਜੇ ਐ ਨਹੀਂ ਪਤਾ ਕਰਦਾ ਕਿ ਨਹੀਂ ਲਾਇਆ ਕੀ ਪਿੱਛੇ ਵਾਲੇ ਇੰਡੀਕੇਟਰ ਹੋ ਗਿਆ ਸਹੀ ਉਧਰ ਲੱਗਿਆ ਹੋਇਆ ਇੰਡੀਕੇਟਰ ਵੀ ਲੱਗ ਗਿਆ ਜਿਵੇਂ ਮੈਂ ਇੱਧਰਲਾ ਚੱਲਣ ਲੱਗ ਗਿਆ ਤੇ ਲੈਫਟ ਸਾਈਡ ਵਾਲਾ ਉਹ ਵੀ ਚੱਲਦਾ ਬੈਕ ਸਾਈਡ ਚੱਲਣ ਲੱਗ ਗਿਆ ਸਹੀ ਹੋ ਗਿਆ ਲਿਆ ਇੰਡੀਕੇਟਰ ਜਿਗਾੜ ਹੀ ਲੈ ਹਨਾ ਰਹਿਣਾ ਇਹ ਲੱਭੀਆਂ ਕਿੱਥੋਂ ਸੀ ਲੱਭੀਆਂ ਨਹੀਂ ਸੀਗੀਆਂ ਪੈਸੇ ਲਾ ਕੇ ਲਿਆ ਸੀ ਲੱਭੀਆਂ ਸੀ ਪਰ ਬੱਲ ਵੀ ਪਵਾ ਲੈਂਦਾ ਉਹ ਨਹੀਂ ਕੰਮ ਹੋ ਗਿਆ ਡਨ ਸਾਰਾ ਕੁਛ ਨਵਾਂ ਨਵਾਂ ਪਵਾ ਤਾ ਜਿਹੜਾ ਕੁਛ ਪੈਂਦਾ ਸੀ ਤੇ ਹੁਣ ਆਪਾਂ ਚੱਲੇ ਹਾਂ ਪਲੇਟ ਬਣਵਾਉਣ ਤੇ ਇਹ ਤੇ ਵੀ ਸਮੋਕ ਕਰਾਉਣੀ ਅੱਜ ਆਪਾਂ ਆਪਣੇ ਆੜੀ ਕੋਲ ਚੱਲਦੇ ਹਾਂ ਕੰਮ ਕਰਨ ਜਿਹੜਾ ਮਿਲਿਆ ਜੀ ਹੋ ਗਿਆ ਜੀ ਸੱਚ ਕੰਮ ਕਰਨ ਦੇ ਮੇਲੇ ਜੇ ਚੱਲਦੇ ਹਾਂ ਤਾਂ ਗਈ ਹੁਣ ਆਪਾਂ ਆ ਗਿਆ ਅੱਗੇ ਸਮੋਕ ਜਾਂ ਫਿਰ ਪਲੇਟ ਬਣਵਾਉਣ ਅਤੇ ਬਾਈ ਉੱਧਰ ਗੱਡੀ 'ਤੇ ਕੰਮ ਜਿਹਾ ਕਰਦਾ ਪਿੱਛੇ ਆਪਾਂ ਦੇਖਦੇ ਹਾਂ ਹੁਣ ਕੀ ਕਰਾਉਣਾ ਅੱਜ ਲੋਕ ਆਪਣਾ ਬਾਈ ਨੰਬਰ ਤਿਆਰ ਕਰਦਾ ਆਪਣੀ ਪਲੇਟ ਬਣ ਨੰਬਰ ਪਲੇਟ ਅਤੇ ਉਹਨੂੰ ਤਾਂ ਲੱਗਣੀ ਹੈ ਲੋਕ ਪਲੇਟ ਹੋ ਗਿਆ ਬਲੈਕ ਨੰਬਰ ਪਲੇਟ ਰੈਡੀ ਆ ਆਪਣੀ ਪਹਿਲਾਂ ਨਹੀਂ ਪਈ ਲੋਕ ਨੰਬਰ ਪਲੇਟ ਤਿਆਰ ਹੈ ਇੱਕ ਠੀਕ ਹੈ ਅਤੇ ਆਪਣੀਆਂ ਦੋਨੇ ਨੰਬਰ ਪਲੇਟ ਆ ਦੇਖੋ ਬਾਈ ਇੱਥੇ ਗੱਡੀ ਲਈ ਵੀ ਧੁੰਦ ਕਰਕੇ ਰਾਤ ਦੇ ਕਰਕੇ ਗੱਡੀ ਕੀ ਹਿਸਾਬ ਨਾਲ ਹੋ ਗਈ ਇੱਥੇ
ਲੈ ਆਂਦੇ ਹੈਗੇ ਤੁਹਾਨੂੰ ਦੁਬਾਰੀ ਕਹਿੰਦੇ।